ਆਪਾਂ ਗੁਰਦੁਆਰਾ ਧਮਧਾਨ ਸਾਹਿਬ ਪਹੁੰਚ ਗਏ ਤੇ ਆਪਣੇ ਘਰ ਤੋਂ 140 ਕਿਲੋਮੀਟਰ ਆ ਗਏ। ਦਰਸ਼ਨ ਕਰ ਲਏ, ਲੰਗਰ ਛਕ ਲਿਆ। ਹੁਣ ਇੱਥੋਂ ਹਜ਼ੂਰ ਸਾਹਿਬ ਦਾ ਡਿਸਟੈਂਸ ਹੈਗਾ ਵਾ 1580 ਕਿਲੋਮੀਟਰ। ਅਸੀਂ ਸਿੱਧਾ ਉੱਥੇ ਡਾਇਰੈਕਟ ਹੀ ਜਾਣਾ। ਅੱਜ ਰਾਤ ਨੂੰ ਕਿਸੇ ਢਾਬੇ ਢੂਹ ਢਾਈ ਸਿੱਧੀ ਕਰ ਲਾਂਗੇ, ਬਾਕੀ ਜਾਵਾਂਗੇ ਸਿੱਧਾ ਧੋਰੀ। ਪਹਿਲਾਂ ਸਾਡਾ ਪਲਾਨ ਬਣਿਆ ਸੀਗਾ ਵੀ ਅਸੀਂ ਨਰਨੌਲ ਤੋਂ ਜੈਪੁਰ ਅਜਮੇਰ ਜਾਵਾਂਗੇ, ਬਟ ਹੁਣ ਅਸੀਂ ਰੂਟ ਚੇਂਜ ਕਰ ਲਿਆ। ਹੁਣ ਅਸੀਂ ਚੱਲਿਆ ਹਿਸਾਰ, ਹਿਸਾਰ ਤੋਂ ਸਧੂਲਪੁਰ, ਉਦੋਂ ਬਾਅਦ ਅਜਮੇਰ। ਅਸੀਂ ਐਟ ਏ ਟਾਈਮ ਹੈਗੇ ਹਾਂ ਗੋਠਿਆਂ ਬਾੜੀ, ਇੱਧਰਲੇ ਪਾਸੇ ਨਾ ਹੈ ਹੁਣ ਹਰਿਆਣਾ, ਮਤਲਬ ਜਿਹੜਾ ਇੱਧਰੋਂ ਪਾਰਕ ਹੈ ਸ਼ੁਰੂ ਹੁੰਦਾ ਨਾ ਉਹ ਹਰਿਆਣਾ ਵਾ, ਜਿੱਥੇ ਅਸੀਂ ਖੜੇ ਆਏ ਰਾਜਸਥਾਨ ਆ, ਅਤੇ ਅੱਜ ਰਾਤ ਮਤਲਬ ਅੱਧੀ ਤਾਂ ਰਾਜਸਥਾਨ ਦੇ ਵਿੱਚ ਹੀ ਰਹੂ, ਅੱਧੀ ਤੋਂ ਵੱਧ ਹੀ। ਸਵੇਰ ਦੇ ਅਸੀਂ ਕੱਢ ਲਏ 602 ਕਿਲੋਮੀਟਰ ਦੀ ਸਾਡੀ ਪਹਿਲੀ ਯਾਰੀ ਦੋਸਤੀ ਪੈ ਗਈ। ਸੱਦਾ ਵੀ ਜਿੱਦਾਂ ਪੰਜਾਬ 'ਚ ਕੁੱਲਰ ਤੋਂ ਵੱਢ ਗਿਆ, ਸਮਝ ਲਓ ਰਾਤ ਕੋ ਕਿੰਨੇ ਵਜੇ, 2:30 ਵਜੇ ਇਟਸ ਡੇ 2। ਆਪਾਂ ਘਰ ਤੋਂ ਨਾ 933 ਕਿਲੋਮੀਟਰ ਆ ਗਏ ਤੇ ਇੱਥੋਂ ਹਜ਼ੂਰ ਸਾਹਿਬ ਹੈਗਾ 852 ਕਿਲੋਮੀਟਰ, ਤੇ ਐਟ ਏ ਟਾਈਮ ਅਸੀਂ ਹੈਗੇ ਹਾਂ ਮੰਦਸੌਰ ਦੇ ਵਿੱਚ। ਮੈਂ ਕਿਸ਼ਨਗੜ੍ਹ ਤੋਂ ਬਾਅਦ ਸੌਂ ਗਿਆ ਸੀਗਾ। ਕਿੰਨੇ ਸ਼ਹਿਰ ਨਿਕਲ ਗਏ ਮੇਰੇ ਯਾਦੇ ਦੇ? ਕਿਸ਼ਨਗੜ੍ਹ, ਪਿੱਛੇ ਬਹਿ ਕੇ ਸੌਂਗਾ ਮਤਲਬ 11-12 ਵਜੇ, ਉਦੋਂ ਬਾਅਦ ਤੁਸੀਂ ਸੁੱਤਾ ਰਹੀ ਫਿਰ ਰਾਤ ਤੱਕ, ਫਿਰ ਕੋਈ ਚੱਕਰ ਨੀ, ਦੋਨੇ ਬੈਠੇ ਰਹਾਂਗੇ ਮੂਰੇ, ਪਾਤੀ ਉਗਲੇ ਪਾ ਵਿੱਚ। ਐਟ ਏ ਟਾਈਮ ਆਪਾਂ ਹੈਗਾ ਮੱਧਿਆ ਪ੍ਰਦੇਸ਼ 'ਚ, ਇੱਥੇ ਟੈਂਪਰੇਚਰ ਹੈਗਾ ਹੁਣ 25 ਡਿਗਰੀ, ਕੋਈ ਗਰਮੀ ਨਹੀਂ ਆ ਰਹੀ, ਏਦਾਂ ਲੱਗਦਾ ਪਹਾੜਾਂ ਵੱਲੋਂ ਚੱਲੇ ਆ। ਹਰਪਿੰਦਰ ਦਾ ਪਹਿਲਾਂ ਝੜਕਿਆ ਜਲ ਮੋੜਾ ਨਾ, ਯਾਦ ਰੱਖ, ਦੇਖ ਲੈ ਵੀਰੇ, ਜਦੋਂ ਵੀ ਨਾ ਆ ਸਾਨੂੰ ਨਾ ਏ ਸੀ ਰੂਮ ਦਿਖਦਾ ਵਾ, ਸਾਨੂੰ ਚਾਇਆ ਚੜ੍ਹਦਾ ਵਾ ਵੀ ਹੁਣ ਹਨੀ ਰੋਕੂਗਾ। ਹਾਂਜੀ, ਕੀ ਕਹਿੰਦੇ ਹੋ? ਮੈਂ ਨੀ ਰੋਕਦਾ, 1800 ਕਿਲੋਮੀਟਰ ਕੱਢ ਕੇ ਬੈਠੇ ਰਹੋ। ਤੇ ਰੈਸਟੋਰੈਂਟ ਤੇ ਪਲੱਸ ਹੋਟਲ ਵੀ ਸੀਗਾ ਮੱਧ ਪ੍ਰਦੇਸ਼ ਟੂਰਿਜ਼ਮ ਵਾਲਿਆਂ ਦਾ, ਤੇ ਬਟ ਇੱਥੇ ਚਾਹ ਨਹੀਂ ਮਿਲੀ, ਚਾਹ ਹਲੇ 8 ਵਜੇ ਤੋਂ ਬਾਅਦ ਹੀ ਮਿਲੂਗੀ। ਸੋ ਆਪਾਂ ਇੱਥੋਂ ਚੱਲਦੇ ਹਾਂ, ਗਾਹਾਂ ਜਾ ਕੇ ਕਿਤੇ ਚਾਹ ਪੀਂਦੇ ਹਾਂ। ਕੱਲ੍ਹ ਮਲੇਰਕੋਟਲੇ ਤੋਂ ਬਾਅਦ ਗੱਡੀ ਮੈਂ ਹੁਣ ਚਲਾਉਣ ਲੱਗਿਆ ਵਾਂ, ਮੈਨੂੰ ਲੱਗਦਾ ਹਰੀ ਨੇ ਘੱਟੋ ਘੱਟ 900 ਕਿਲੋਮੀਟਰ ਗੱਡੀ ਚਲਾਈ ਆ, ਇੱਥੋਂ ਆਪਣਾ 33 ਕਿਲੋਮੀਟਰ ਹੀ ਹੋਊਗਾ ਨਾ ਪਿੰਡ ਤੋਂ। 22 ਕਿਲੋਮੀਟਰ ਸਰ, 900 ਕਿਲੋਮੀਟਰ ਗੱਡੀ ਚਲਾ ਕੇ ਹੁਣ ਬ੍ਰੇਕ, ਹੁਣ ਚਲਾਉਣਾ 400-500 ਮਾਈਲ। ਬਈ ਘੰਟੇ ਵੀ ਦੇਖੋ ਮੈਨੂੰ ਕਿੰਨੇ ਹੋ ਗਏ ਚਲਾਉਂਦੇ ਨੂੰ, 2 ਵਜੇ ਲੱਗਿਆ ਸੀ ਮੈਂ ਕੱਲ ਦੁਪਹਿਰੇ ਚਲਾਉਣ। ਹਾਂਜੀ, ਰਾਤ 2 ਵਜੇ ਰੂਟ ਮੈਪ ਵੀ ਤੁਸੀਂ ਬਣਾਇਆ ਵੀ ਸਿੱਧਾ ਹੀ ਜਾਣਾ ਹੈ ਨਾ ਵੀ, ਚਲੋ 17 ਘੰਟੇ ਲਗਾਤਾਰ ਚਲਾ ਕੇ। ਵੈਰੀ ਨਾਈਸ, ਵੈਰੀ ਨਾਈਸ, ਥੈਂਕ ਯੂ ਤੈਨੂੰ ਵੀ ਬਈ। ਤੂੰ ਦੇਖ ਰਿਹਾ ਹੁਣ ਆਪਣਾ ਵੀ ਇੱਥੋਂ ਹਜ਼ੂਰ ਸਾਹਿਬ ਰਹਿ ਗਿਆ 618 ਕਿਲੋਮੀਟਰ। ਭਾਈ ਕਿਆ ਵਿਊ ਆ ਗਿਆ, ਬੱਲੇ 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 ਸਿਰਾ ਹੀ ਹੋਇਆ ਪਿਆ, ਹੁਣ ਜਮਾ ਹੀ ਥਕਾਵਟ ਥਕੂਵਟ ਲੈ ਗਈ, ਹੁਣ ਚਾਹ ਪੀ ਕੇ ਹੋਰ ਤੰਦਰੁਸਤ ਹੋ ਜਾਣਾ, ਉਹਦਾ ਬੜਾ ਸੋਹਣਾ ਲੱਗਦਾ ਬਈ। ਗੁੱਡ ਨਾਈਟ ਗਾਇਸ, ਅੱਧਾ ਘੰਟਾ ਇੱਥੇ ਸੌਂ ਲਓ। ਹੋਇਆ ਹੋਇਆ ਹੋਇਆ, ਉਹ ਮੰਜੇ ਤੇ ਪੈ ਕੇ ਜੇਟ ਹੋਈ ਸਿੱਧੀ ਹੋਈ ਆ, ਸਵਾਦ ਵਾਲੀ ਕਾਲਾ ਨਾ ਕਰ, ਬੰਦ ਕਰੀ ਮਾੜਾ ਜੀ ਉੱਪਰ ਦੱਬ ਕੇ। ਹਾਂ, ਮੰਜਿਆਂ ਤੇ ਮੱਛਰ ਤੰਗ ਕਰ ਰਿਹਾ ਸੀਗਾ, ਮੈਂ ਸੋਚਿਆ ਪੂਰੇ ਠੀਕ ਆ ਹਵਾ ਹਲੇ, ਗਲਾਸ ਛੋਟਾ ਵਾ ਬਿਸਕੁਟ ਵੱਡਾ ਵਾ। ਕੱਲ੍ਹ ਪਿੰਦਰ ਉਹਨਾਂ ਦੇ ਜਾਣ ਤੋਂ ਬਾਅਦ ਮੈਂ ਪੰਧੇਰ ਖੇੜਿਓ ਰਹਿ ਪਈ ਸੀਗੀ, ਕਿਉਂਕਿ ਅੱਜ 10ਵੀਂ ਸੀਗੀ, ਮੰਮੀ ਡੈਡੀ ਨੇ ਇੱਥੇ ਮੱਥਾ ਟੇਕਣ ਆਉਣਾ ਸੀ, ਸੋਚਿਆ ਫਿਰ ਮੈਂ ਇੱਕ ਰਾਤ ਪੰਧੇਰ ਖੇੜਿਓ ਰਹਿ ਲੂੰਗੀ, ਅੱਜ ਫਿਰ ਮੈਂ ਡੈਡੀ ਉਹਨਾਂ ਨੂੰ ਵਾਪਸ ਚਲੀ ਜਾਊਂਗੀ। ਡੈਡੀ ਹੁਣੀ ਆ ਗਏ ਅਤੇ ਮੱਥਾ ਵੀ ਟੇਕ ਆਏ। ਹੁਣ ਪਹਿਲਾਂ ਤਾਂ ਸਾਡਾ ਪਲੈਨ ਸੀਗਾ ਵੀ ਅਸੀਂ ਜਾਂਦੇ ਹੋਏ ਮੋਮਨਾਬਾਦ ਦੀ ਲੰਘਾਂਗੇ, ਬਟ ਮੋਮਨਾਬਾਦ ਜਾਣਾ ਕੈਂਸਲ ਹੋ ਗਿਆ ਕਿਉਂਕਿ ਸਿਮਰਨ ਆਪਣਾ ਇੱਥੇ ਹੀ ਆ ਗਿਆ, ਅਤੇ ਹੁਣ ਮੰਮੀ ਆਪਣੇ ਕਿਸੇ ਦੇ ਘਰ ਗਏ ਹੋਏ ਨੇ, ਬਸ ਉਹ ਆ ਜਾਣ ਫਿਰ ਆਪਾਂ ਚੱਲਦੇ ਹਾਂ ਵਾਪਸ ਜੋਧਾ ਨੂੰ। ਮੈਂ ਤੇ ਹਨੀ ਤਾਂ ਬਾਰੀ ਬਾਰੀ ਰੈਸਟ ਕਰ ਲਈ, ਹੁਣ ਰੁਪਿੰਦਰਾ ਕਹਿੰਦਾ ਮੈਂ ਵੀ ਰੈਸਟ ਕਰਨੀ ਆ, ਚਲੋ ਹੁਣ ਰੈਸਟ ਕਰਨ ਦਿਓ, ਫਿਰ ਆਪਾਂ ਹੁਣ ਕੈਮਰਾ ਫੋਟੋ ਵੀ ਬੰਦ ਰੱਖਦੇ ਹਾਂ।
ਤੀਜੀ ਵਾਰੀ ਤੇਲ ਪਵਾਉਣ ਲੱਗਿਆ ਪਹਿਲੀ ਵਾਰੀ ਪਵਾਇਆ ਪੰਜਾਬ ਚੋਂ ਫਿਰ ਪਵਾਇਆ ਰਾਜਸਥਾਨ ਚੋਂ ਹੁਣ ਪਵਾਇਆ ਐਮਪੀ ਚੋਂ ਰਾਜਸਥਾਨ ਸੀਗਾ 94 ਰੁਪਏ ਇੱਥੇ ਹੈਗਾ 95 ਬਹੁਤ ਮਹਿੰਗਾ ਬਾਈ ਆਪ ਕਾ ਐਮਪੀ ਪੰਜਾਬ ਜਗ੍ਹਾ 87 ਸਾਡੇ ਪੰਜਾਬ ਮੇ 87 ਰੁਪਏ ਚਲੋ ਬੜੀ ਹੈ ਬਾਈ ਸਭ ਤੋਂ ਕਮ ਹੋਗਾ ਯਾ ਐਮਪੀ ਮ ਕਮ ਨਹੀਂ ਹੋਗਾ ਫਿਰ ਐਮਪੀ ਕਮ ਨਹੀਂ ਹੋਗਾ ਮਹਾਰਾਸ਼ਟਰ ਮੇ ਇਸ ਸੇ ਜ਼ਿਆਦਾ ਹੈ ਨਾ ਨਹੀਂ ਕਮ ਹੋਗਾ ਕਮ ਹੋ ਗਿਆ ਉਸ ਫਿਰ ਤਾਂ ਉੱਥੋਂ ਬੋਲਣਾ ਸੀਗਾ ਹਾਂਜੀ ਘਰੇ ਆ ਗਏ ਆਪਾਂ ਪੰਧੇਰਖੇੜੀ ਤੋਂ ਹਲੇ ਪਿੰਦਰ ਨਾਲ ਕੱਲ ਹੀ ਗਏ ਨੇ ਉਹਨਾਂ ਦਾ ਹਰ ਘੰਟੇ ਬਾਅਦ ਫੋਨ ਆਉਂਦਾ ਮੈਨੂੰ ਤਾਂ ਲੱਗਦਾ ਸੀ ਕਿਤੇ ਮੇਰੇ ਜੀ ਨਹੀਂ ਲੱਗਣਾ ਪਰ ਮੈਨੂੰ ਲੱਗ ਰਿਹਾ ਵੀ ਮੇਰੇ ਨਾਲੋਂ ਘੱਟ ਪਿੰਦਰ ਦਾ ਦਿਲ ਲੱਗ ਰਿਹਾ ਅਸੀਂ ਦੁੱਲੇ ਦੇ ਨੇੜੇ ਤੇੜੇ ਆ ਸਾਡੇ ਕੋਲ ਟਾਈਮ ਹੀ ਘੱਟ ਆ ਨਹੀਂ ਇੱਥੇ ਨਾ ਕੈਂਪਿੰਗ ਕਰਨ ਨੂੰ ਬੜੀਆਂ ਸੋਹਣੇ ਸੋਹਣੀਆਂ ਥਾਵਾਂ ਆ ਰਹੀਆਂ ਸੀਗੀਆਂ ਅਸੀਂ ਹੁਣ 10:45 ਤੇ ਪਹੁੰਚ ਰਹੇ ਹਾਂ ਜੇ ਅਸੀਂ ਘੰਟਾ ਕਾਇਮ ਖਰਾਬ ਕਰਦੇ ਫਿਰ ਸਾਡੇ 12:30 ਹੋ ਜਾਣੇ ਤਾਂ ਕਰਕੇ ਅੱਜ ਨਹੀਂ ਕੈਂਪਿੰਗ ਕੱਲ੍ਹ ਨੂੰ ਫਿਰ ਬਾਈ ਕੱਲ੍ਹ ਤੋਂ ਸਟਾਰਟ ਕਰਾਂਗੇ ਕੱਲ੍ਹ ਤੋਂ ਕਰਾਂਗੇ ਫਿਰ ਉੱਥੇ ਬਾਈ ਹੁਣੀ ਬੈਠੇ ਸੀ ਮਗਰ ਜੀ ਤਾਂ ਬਹੁਤ ਕਰਦਾ ਸੀ ਬਸ ਟਾਈਮ ਇਜਾਜ਼ਤ ਨਹੀਂ ਦੇ ਰਿਹਾ ਅੱਜ ਵੀਰੇ ਕੁਰਪਾ ਵੀ ਕੱਟ ਕੇ ਵੀ ਲੰਬਾ ਸਫ਼ਰ ਆ ਰਿਹਾ ਵੀ ਕੁਰ ਹਾਂ ਜੀ ਫਿਰ ਉਸ ਤੋਂ ਅੱਗੇ ਸਟਾਰਟ ਕਰਦੇ ਹਾਂ ਫਿਰ ਨਾਲੇ ਹੋਰ ਫਿਰ ਹੌਲੀ ਹੌਲੀ ਨਾ ਹੌਲੰਗਾ ਰੇ ਸਵਾਦ ਲੱਗ ਰਿਹਾ ਹਾਂ ਅੱਜ ਤਾਂ ਦੀ ਥਕਾਵਟ ਵੀ ਹਲੇ ਅਸੀਂ ਕੱਲ੍ਹ ਦੇ ਘਰੋਂ ਤੁਰੇ ਹੋਏ ਹਾਂ ਮਤਲਬ ਮਲੇਰਕੋਟ ਤੁਰੇ ਸੀ 2 ਵਜੇ ਟਾਈਮ ਹੁਣ ਹੋ ਗਿਆ 12:26 ਹੋ ਗਏ 22 ਘੰਟੇ ਹੋ ਗਏ ਮਤਲਬ ਪੰਧੇਰਖੇੜੀ ਤੁਰੇ ਹੋਏ 12 ਵਜੇ ਦੇ ਪਰ ਅਸੀਂ ਪਹਿਲਾਂ ਤਾਂ 2 ਘੰਟੇ ਖੇਡੀਗੇ ਹੁਣ ਲਾਓ ਸਾਹਿਬ 22 ਘੰਟੇ ਹੋ ਗਏ ਅੰਨਾ ਪੂਰਨਾ ਜੀ ਮਸਾਂ ਲੱਭਿਆ ਵੀ ਹਨੀ ਨੂੰ ਇੰਨੇ ਢਾਬੇ ਗਿਆ ਨਾ ਨਾ ਇਹ ਨਹੀਂ ਵਧੀਆ ਇਹ ਨਹੀਂ ਵਧੀਆ ਹੁਣ 2 ਗੱਡੀਆਂ ਦੇਖੀਆਂ ਤਾਂ ਗੱਡੀ ਰੋਕੀ ਹੈ ਸ਼ੁਕਰ ਹੈ ਵੀਰੇ ਮਨ ਤਾਂ ਤੁਹਾਡੇ ਚਰਨ ਕਿੱਥੇ ਆ ਜਿਨ੍ਹਾਂ ਨੇ ਬ੍ਰੇਕਾਂ ਦੇ ਪੈਰ ਧਰਿਆ ਮਨ ਤਾਂ ਉਹ ਵੀ ਨਹੀਂ ਸੀ ਜੇ ਗੱਲ ਦੀ ਤਾਂ ਬਣਦੀ ਨਹੀਂ ਹੈਗੀ ਅਸੀਂ ਵੀ ਖਾਣਾ ਬਣਦਾ ਹੁਣ ਤਾਂ ਯਾਰ ਖੈਰੀ ਉੱਠ ਗਿਆ ਉੱਠ ਗਿਆ ਚਲ ਫਿਰ ਆ ਜਾ ਗਿਆ ਇਹ ਤਾਂ ਲੁਧਿਆਣੇ ਵਾਲਾ ਸਵਾਦ ਭਾਲਦਾ ਅੱਜ ਦਾ ਬ੍ਰੇਕਫਾਸਟ ਸਿੰਪਲ ਤਵਾ ਪਰੌਂਠਾ ਨਾਲ ਦਹੀਂ ਨਾਲ 2 ਪਿਆਜ਼ ਇਹ ਮੈਂ ਜਵਾਨੋ ਤੇ ਇਹਦੀ ਛਾਸ਼ ਮਤਲਬ ਨਮਕੀਨ ਲੱਸੀ ਮੇਰੀ ਮਿੱਠੀ ਲੱਸੀ ਬਈ ਰਾਤ ਆ ਨਾ ਹੁਣ ਵਾਹ ਜੀ ਵਾਹ ਕੀ ਬਾਤ ਆ ਰਾਹ ਦੀ ਹੁਣ ਤੇ ਮੂਰੇ ਨਾ ਆਪਣੇ ਚੱਲਿਆ ਤੂਫਾਨ ਉੱਪਰ ਨਹੀਂ ਉਹ ਗੱਡੀ 'ਚ ਹਨੇਰੀ ਬੰਨੀ ਆਂਦਾ ਡੱਕ ਕੇ ਗੋਲੀ ਬੈਠਿਆ ਉਹ ਤੰਦਰ ਮੌਸਮ ਵਧੀਆ ਸਾਰਾ ਕੁਝ ਵਧੀਆ ਬਸ ਹੁਣ ਰਾਹ ਨਹੀਂ ਵਧੀਆ ਹੈਗਾ 408 ਕਿਲੋਮੀਟਰ ਰਹਿ ਗਿਆ 11:15 ਪਹੁੰਚਦੇ ਰਾਤ ਤੇ ਮੈਂ ਤਾਂ ਹੁਣ ਫੇਰ 1.5 ਘੰਟਾ ਸੌਂ ਲਿਆ ਹਰਪਿੰਦਰ ਆ ਫੇਰ ਸੁੱਤਾ ਪਿਆ ਐਵੇਂ ਕੀ ਹੈ ਇੱਥੇ ਜਾਗਦਾ ਰਹੂ ਜਿਹੜਾ ਬੰਦਾ ਬਾਈ ਕਿੱਥੇ ਸੀ ਤੂੰ ਕਿੱਥੇ ਗਵਾਚ ਗਿਆ ਸੀ ਇੰਨਾ ਨਾ ਅਸੀਂ ਪਿਛਲੇ 1200 ਕਿਲੋਮੀਟਰ ਨਹੀਂ ਥੱਕੇ ਜਿੰਨਾ ਪਿਛਲੇ 100 ਕਿਲੋਮੀਟਰ ਥੱਕੇ ਆ 1396 ਮਤਲਬ ਪਹਿਲਾਂ 1300 ਕਿਲੋਮੀਟਰ ਉਹਨਾਂ ਨੇ ਥੱਕੇ ਜਿੰਨਾ 100 ਕਿਲੋਮੀਟਰ ਥੱਕ ਗਏ ਐ ਗੱਡੀ ਘੁੰਮੀ ਆ ਜਿਵੇਂ ਨਾ ਜਹਾਜ਼ 'ਚ ਟਰਬੂਲੈਂਸ ਹੁੰਦੀ ਹੁੰਦੀ ਆ ਪਹਿਲਾਂ ਜਾ ਕੇ ਗੱਡੀ ਲੈਨਵੈਂਡ ਕਰਾਉਣੀ ਪੈਣੀ ਆ ਇਧਰੋਂ ਹైదరాబాద్ ਕਰਾਵਾਂਗੇ ਆਪਾਂ ਹੁਣ ਹైదరాబాద్ ਚਲੋ ਹਰਪਿੰਦਰੇ ਹਾਂਜੀ ਆ ਗਈ ਰੋਡ ਵਧੀਆ ਓਏ ਆ ਗਈ ਰੋਡ ਵਧੀਆ ਸੌ ਜਾ ਹੁਣ ਸੌ ਲੈ ਤੂੰ ਜਿੱਦ ਸੌਣ ਨਹੀਂ ਹੁੰਦਾ ਆ ਵੀ ਜਵਾਨਾ ਹਾਂ ਵੀ ਜੋਸ਼ ਪਹੁੰਚ ਗਏ ਬਸ ਬੜੀ ਮੁਸ਼ਕਲ ਨਾਲ ਕੋਈ ਸੋਹਣਾ ਜਿਹਾ ਰੈਸਟੋਰੈਂਟ ਦੇਖਿਆ ਸੀਗਾ ਅੱਜ ਬਸ ਪਰੌਂਠੇ ਹੀ ਖਾਧੇ ਹੋਏ ਆ ਟਾਈਮ ਹੁਣ ਹੋ ਗਿਆ 4:15 ਲੈਟਸ ਗੋ ਇੱਥੇ ਲੈ ਵੀ ਇੱਥੇ ਵਿਆਹ ਸ਼ਾਦੀ ਹੁੰਦੀ ਹੋਊ ਨਾ ਇਹ ਪੈਲਸ ਹੈ ਇੱਥੇ ਦਾ ਇਹ ਜਿਵੇਂ ਆਪਣੇ C1 ਆ ਨਾ ਬ੍ਰੋ ਇਟਸ ਲਾਈਕ C1 ਬਈ ਆਪਾਂ ਖਾਣਾ ਪੀਣਾ ਖਾ ਲਿਆ ਤੁਹਾਨੂੰ ਖਾਣਾ ਪੀਣਾ ਦਿਖਾ ਨਹੀਂ ਹੋਇਆ ਮੈਂ ਥੰਬਨੇਲ ਬਣਾਉਣ ਲੱਗਿਆ ਹੋਇਆ ਸੀਗਾ ਤੇ ਹੁਣ ਆਪਣਾ ਕੰਮ ਹੈ ਤੁਹਾਡਾ ਨਾ ਹੁਣ ਆਪਾਂ ਪਾਈਏ ਚੱਲੇ ਬਈ ਚਲੋ ਬਈ ਓਕੇ ਟਾਟਾ ਬਾਏ ਬਾਏ ਨਾਓ ਇਟਸ ਮਾਈ ਟਰਨ ਟੂ ਡਰਾਈਵ ਦੀ ਕਾਰ ਪਹਿਲੀ ਵਾਰ ਇਦਾਂ ਹੋਇਆ ਕਿ ਮੈਂ ਗੱਡੀ ਨਾ ਚਲਾਈ ਹੋਵੇ ਨੀ ਕਿਉਂਕਿ ਅੱਜ ਤੱਕ ਮੈਨੂੰ ਕੋਈ ਐਡਾ ਘੈਂਟ ਬੰਦਾ ਮਿਲਿਆ ਹੀ ਨਹੀਂ ਸੀ ਧਰਮ ਨਾਲ ਬਾਹਲਾ ਹੀ ਨਿਆਰਾ ਹੁੰਦਾ ਸਾਈਡ ਤੇ ਸੌਂ ਕੇ ਹੁਣ ਮੈਂ ਸੌਂਗਾ ਤੇ ਤੁਸੀਂ ਨਿਆਰੇ ਲਿਓ ਕੇ ਹਾਂ ਪਰ ਇਹ ਨਹੀਂ ਤਾਂ ਆਉਂਦੀ ਨਹੀਂ ਹੈਗੀ ਪਰ ਉਹ ਤਾਂ ਥੋੜੀ ਬੋਡੀ ਰੈਸਟ ਭਾਲ ਦੀ ਮੜਾ ਆਰਾਮ ਲੈ ਲਈਏ 1400 ਕਿਲੋਮੀਟਰ ਕੱਢ ਲਿਆ ਬਹੁਤ ਆ ਲਾਸਟ ਵਾਲਾ 300 ਕਿਲੋਮੀਟਰ ਵੀ 300 ਤੋਂ ਵੱਧ ਹੀ ਹੈ ਨਾ ਮੈਨੂੰ ਲੱਗਦਾ ਕਿੰਨਾ ਵਾ 390 ਅੱਜ ਦਾ ਲਾਸਟ ਵਾਲਾ 400 ਕਿਲੋਮੀਟਰ ਵੀ ਹੁਣ ਸਫ਼ਰ ਕੱਢ ਲਿਆ ਜਿੰਨਾ ਆ ਘੰਟੇ ਸਫ਼ਰ ਨਿਕਲ ਗਿਆ ਨਿਕਲ ਗਿਆ ਜਦੋਂ ਹੋ ਗਿਆ ਹਨੇਰਾ ਬਸ ਤੇ ਵੀ ਟਰੱਕ ਟ੍ਰੈਫਿਕ ਆ ਗਈ ਸੀ ਬਟ ਹੁਣ ਜਦੋਂ ਮੈਂ ਵਿਊ ਦਿਖਾਉਣਾ ਨਾ ਸਾਨੂੰ ਇਹ ਦੇਖ ਕੇ ਬੜਾ ਚਾਹ ਚੜਿਆ
ਟੈਂ 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 ਹਾਊ ਆਰ ਯੂ ਫੀਲਿੰਗ ਬ੍ਰਦਰ ਸਪਨਾ ਟੂਟਾ ਹੈ ਤੋ ਦਿਲ ਕਦੀ ਚਲਤਾ ਹੈ ਯੇ ਪਰ ਜਿਹੜਾ ਮੈਂ ਰਾਹ ਗਿਆ ਸੀਗਾ ਨਾ ਬਹਿਰਾਨਪੁਰ ਵਾਲਾ ਉਹ ਇਦੋ ਵੀ ਉਹ ਬੜਾ ਜ਼ਿਆਦਾ ਗੰਦਾ ਸੀਗਾ ਸਿਰਫ ਉਹਨਾਂ ਨੂੰ ਬਹੁਤ ਵਧੀਆ ਰੋਲ ਸਿਰਫ 10 ਮਿੰਟ ਦਾ ਚਾਹ ਸੀ ਕਿਲੋਮੀਟਰ ਪਾਉਂਦੇ ਫਿਰ ਅਸੀਂ ਮੇਨ ਰੋਡ ਜਾ ਸਕਦੇ ਪਰ ਫਿਰ ਵੀ 100 ਕਿਲੋਮੀਟਰ ਐਂਡ ਵਾਲਾ ਜਾ ਫਿਰ ਆਉਣਾ ਸੀ ਨਾ ਤਾਂ ਅਸੀਂ ਸੋਚਿਆ ਵੀ ਨਹੀਂ ਹੁਣ ਜਿਵੇਂ ਗੂਗਲ ਕਹਿੰਦੇ ਆ ਉਵੇਂ ਹੀ ਕਰਾਂਗੇ ਹੁਣ ਮੈਪ ਕਨਫਿਊਜ਼ ਕਰਨ ਲੱਗ ਗਿਆ ਹੁਣ ਹਨੀ ਵੀਰਾ ਪੁੱਛਣ ਗਿਆ ਵਾ ਸੌਖੇ ਨਹੀਂ ਪਹੁੰਚਦੇ ਹਲੇ ਮਿੱਤਰੋ ਵਾਹ ਚੱਕ ਮਾ ਮੀਂਹ ਆ ਗਿਆ ਮੀਂਹ ਆ ਗਿਆ ਜਾਣੇ ਰੋਡ ਵਧੀਆ ਜਾਣੇ ਮੀਂਹ ਆ ਗਿਆ ਹੋਰ ਫਿਰ ਕਿਵੇਂ ਕਹਿੰਦੇ ਹੋ ਬਸ ਹੁਣ ਸਾਡਾ ਲਾਸਟ ਸਟੋਪ ਆ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਇੱਥੋਂ ਕੁਛ ਖਾਣ ਨੂੰ ਲੈ ਲਈਏ ਹਲਕਾ ਫੁਲਕਾ ਕਿਉਂਕਿ ਵਿੱਚ ਵਿੱਚ ਮੀਂਹ ਆ ਜਾਂਦਾ ਫਿਰ ਟਾਈਮ ਲੱਗੀ ਜਾਂਦਾ ਹੁਣ ਅਸੀਂ ਉਹ ਨਹੀਂ ਰੁਕਣਾ ਪ੍ਰਸ਼ਾਦ ਦਾ ਆਪਾਂ ਗੁਰਦੁਆਰਾ ਸਾਹਿਬ ਹੀ ਛਕਾਂਗੇ ਕਿਉਂ ਵੀ ਪੈਂਤੀ ਘੰਟੇ ਬਾਅਦ 100 ਕਿਲੋਮੀਟਰ ਥੱਲੇ ਆਇਆ 97 ਕਿਲੋਮੀਟਰ ਰਹਿ ਗਿਆ ਬਸ ਘੰਟਾ ਡੇਢ ਘੰਟਾ ਹੋਰ 2 ਘੰਟੇ 30 ਮਿੰਟ 2 ਘੰਟੇ ਲੱਗਣਾ ਰੋਡ ਤੇ ਖਾਉ ਬਣਾ ਰੋਡ ਹੈ ਜੀ ਇਹ ਬਸ ਹੁਣ ਰੋਡ ਦਾ ਬਸ ਪੁੱਛ ਵੀ ਨਾ ਤੁਸੀਂ ਆਈ ਜਾਂਦਾ ਹੁਣ ਤਾਂ ਕੰਮ ਆਹ ਦੇਖ ਟਰੱਕ ਵਿੱਚ ਟਾਈਮ 1:21 ਹੋ ਗਿਆ ਜਿਹੜੀ ਚੀਜ਼ ਆਪਾਂ ਸੋਚੀ ਸੀ ਉਹ ਆਪਾਂ ਪੂਰੀ ਕਰਦੇ ਹਾਂ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਗਏ ਅਤੇ ਹੁਣ ਆਪਾਂ ਪਹਿਲਾਂ ਉੱਧਰ ਚੱਲਦੇ ਹਾਂ ਬਾਬਾ ਨਿਧਾਨ ਸਿੰਘ ਜੀ ਦੇ ਚੱਲਾਂਗੇ ਉੱਥੇ ਉੱਥੇ ਪੰਜਾਬ ਨੰਬਰ ਗੱਡੀਆਂ ਪਤਾ ਨੀ ਇਹ ਕਿਹੜੇ ਰਾਹ ਆਪਾਂ ਕਿਹੜੇ ਰਾਹ ਆਏ ਆ ਬਟ ਸਾਨੂੰ ਕਿਲੋਮੀਟਰ ਪਏ ਪੂਰੇ 1766 ਪੰਧੀਰਕੜੀ ਤੋਂ ਮਤਲਬ ਰੋਡ ਤੁਹਾਨੂੰ ਅਸੀਂ ਹੁਣ ਸਵੇਰ ਉੱਠ ਕੇ ਸਮਝਾਵਾਂਗੇ ਉਨੀ ਹੁਣ ਕਪੈਸਿਟੀ ਹੈ ਨਹੀਂ ਹਲਕੀਆਂ ਹਲਕੀਆਂ ਕਣਾਈਆਂ ਪਈ ਜਾਂਦੀਆਂ ਨੇ ਠੰਡ ਲੱਗੀ ਜਾਂਦੀ ਹੈ ਮਤਲਬ ਮੌਸਮ ਠੰਡਾ ਵਾ ਨਾ ਬਾਕੀ ਮੈਨੂੰ ਲੱਗਦਾ ਨਾ ਹੁਣ ਕੈਮਰੇ ਤੇ ਫੋਗ ਜੰਮ ਜਾਂਦੀ ਆ ਕਿਉਂਕਿ ਹਿਊਮਿਡਿਟੀ ਹੋ ਜਾਂਦੀ ਆ ਮੈਨੂੰ ਲੱਗਦਾ ਮੈਂ ਫਰਵਰੀ 'ਚ ਆਇਆ ਸੀਗਾ ਹਾਂ ਉਦੋਂ ਹਜੇ ਤਾਂ ਵੱਧ ਗਰਮੀ ਸੀਗੀ ਹੁਣ ਤਾਂ ਮੀਂਹ ਕਰਕੇ ਮੈਨੂੰ ਲੱਗਦਾ ਬਰਸਾਤ ਮੀਂਹ ਹੈ ਸਾਰੇ ਪਾਸੇ ਆ ਨਾ ਉਹਦੇ ਕਰਕੇ ਤੇ ਇਹ ਤਾਂ ਹੈਗਾ ਧੰਨ ਧੰਨ ਬਾਬਾ ਬੁੱਢਾ ਜੀ NRI ਯਾਤਰੀ ਨਿਵਾਸ ਰਾਤ ਨਾ ਤਾਂ ਉਸ ਤੋਂ ਬਾਅਦ ਵਲੌਗ ਬਣਾਉਣ ਦੀ ਹਿੰਮਤ ਪਈ ਨਾ ਹੀ ਨਹਾਉਣ ਦੀ ਅਤੇ ਨਾ ਹੀ ਉਦੋਂ ਬਾਅਦ ਫਿਰ ਅਸੀਂ ਲੰਗਰ ਛਕਣ ਗਏ ਕਿਉਂਕਿ ਮੇਰੇ ਨਾਲ ਦੇ ਨਾ ਦੋਨੇ ਬੰਦਿਆਂ ਨੇ ਹੱਥ ਖੜੇ ਕਰਤੇ ਸੀ ਸਭ ਤੋਂ ਪਹਿਲਾਂ ਹਨੀ ਵੀਰਾ ਪਿਆ ਯਾਰ ਪੈਣਾ ਹੀ ਆ ਤੂੰ ਸਾਰੇ ਦਾ ਸੁੱਤਾ ਪਿਆ ਆ ਸਰ ਰਿਹਾ ਕੀ ਇਹ ਨੇ ਕਿਸੇ ਮੂਰੇ ਬੈਠੇ ਆ ਅਸੀਂ ਮੂਰੇ ਬੈਠੇ ਗੱਡੀ ਮੈਂ ਚਲਾਉਂਦਾ ਆ ਤੂੰ ਮੈਂ ਦੱਦਾ ਤੇਰੀ ਵੀ ਹੈਰੀ ਬਾਈ ਚਲ ਮੈਂ ਨਾ ਤੁਹਾਨੂੰ ਦੱਸਦਾ ਜੀ ਮੋਟਾ ਮੋਟਾ ਅਸੀਂ ਕਿਹੜੇ ਰਾਹ ਆਏ ਸੀਗੇ ਅਸੀਂ ਨਾ ਆਏ ਸੀਗੇ ਧਮਧਾਨ ਸਾਹਿਬ ਤੋਂ ਹਿਸਾਰ ਹਿਸਾਰ ਤੋਂ ਕਿਸ਼ਨਗੜ੍ਹ ਅਜਮੇਰ ਬਿਲਵਾੜਾ ਚਿਤੌੜਗੜ੍ਹ ਨੀਮ ਚ ਦੁੱਲੀ ਔਰੰਗਾਬਾਦ ਜਲਣਾ ਜਿੰਦੌਰ ਨੰਦੇੜ ਤੇ ਸਾਨੂੰ ਨਾ ਰਾਹ ਦੋ ਥਾਵੇਂ ਖਰਾਬ ਆਇਆ ਸੀਗਾ ਇੱਕ ਆਇਆ ਸੀ 40 ਗਾਓਂ ਕੋਲੇ 80 ਕਿਲੋਮੀਟਰ ਦਾ ਨਾ ਵੀਰੇ 70-80 ਕਿਲੋਮੀਟਰ ਦਾ ਖਰਾਬ ਤੇ ਉਦੋਂ ਬਾਅਦ ਚ ਜਿੰਦੌਰ ਤੋਂ ਨੰਦੇੜ ਵਾਲਾ ਉਹ ਰਾਹ ਬੜਾ ਹੀ ਖਰਾਬ ਸੀਗਾ ਉਹ ਸਾਨੂੰ ਮੈਨੂੰ ਲੱਗਦਾ ਕਿੰਨੇ ਕਿਲੋਮੀਟਰ ਦਾ ਰਾਹ ਖਰਾਬ ਸੀ ਉਹ ਸੀਗਾ ਉਹਦੇ ਵਿੱਚ 100 ਕਿਲੋਮੀਟਰ ਸੀ 100 ਕਿਲੋਮੀਟਰ ਸੀ ਮਤਲਬ 3-4 ਘੰਟੇ ਲਾਦੇ ਹੋਣੇ ਨਾ ਜਿੱਥੋਂ ਜਿੱਥੇ ਤੱਕ ਰੋਡ ਵਧੀਆ ਆਇਆ ਆਪਾਂ ਨੂੰ 130 ਕਿਲੋਮੀਟਰ ਰਹਿ ਗਿਆ ਸੀ ਆਪਾਂ ਨੂੰ ਨੰਦੇੜ ਉੱਥੋਂ ਉੱਥੇ ਰੋਡ ਵਧੀਆ ਸੀ ਉਦੋਂ ਰੋਡ ਗੰਦਾ ਸਟਾਰਟ ਹੋ ਗਿਆ ਫਿਰ ਨੰਦੇੜ ਦੇ ਕੋਲ ਜਾ ਕੇ 25-30 ਕਿਲੋਮੀਟਰ ਉਹ ਸਾਫ਼ ਆਇਆ ਤੇ ਜਿਹੜਾ ਆਪਣਾ ਡੀਜ਼ਲ ਲੱਗਿਆ ਉਹ ਆਪਾਂ ਪਵਾਇਆ ਵਾ 12,000 ਦਾ ਤੇ ਲੱਗਿਆ ਉਹ ਮਿਲਾ 10,000 ਜਾਂ 10,500 ਦਾ ਜਾਂ 11,000 ਦਾ ਤੇ ਟੋਲ ਟੈਕਸ ਲੱਗੇ ਨੇ ਆਪਣੇ ਪੂਰੇ 1500 ਦੇ ਤੇ ਬਾਕੀ ਹੁਣ ਆਪਾਂ ਆਹ ਵਲੌਗ ਕਰਦੇ ਹਾਂ ਇੱਥੇ ਹੀ ਐਂਡ ਤੇ ਹੁਣ ਨਵਾਂ ਵਲੌਗ ਸ਼ੁਰੂ ਕਰਦੇ ਹਾਂ ਫਿਰ ਤੁਹਾਨੂੰ ਮਿਲਦੇ ਹਾਂ ਅਗਲੇ ਵੀਡੀਓ 'ਚ ਬਾਏ ਬਾਏ ਲੱਗ ਗਿਆ ਬਸ ਥੋੜ੍ਹੇ ਹੀ ਕਿਲੋਮੀਟਰ ਰਹਿ ਗਿਆ 580
ਜਿਵੇਂ ਕਹਿੰਦੇ ਆ ਵੀ ਇੰਗਲੈਂਡ ਨੂੰ ਇੰਨੇ ਦਿਨ ਲੱਗਦੇ ਆ ਆਪਾਂ ਤੋਂ 20 ਘੱਟ ਲਾਵਾਂਗੇ।